ਆਪਦੇ ਇਤਿਹਾਸ ਤੋਂ ਮੁਨਕਰ ਹੋਣਾ, ਆਪਦੇ ਸਰੋਕਾਰਾਂ ਤੋਂ, ਆਪਦੀ ਪਰੰਪਰਾ ਤੋਂ ਮੁਨਕਰ ਹੋ ਕੇ ਜੇ ਤੁਸੀਂ ਪੱਛਮੀ ਸੱਭਿਆਚਾਰ ਦੀ ਹਨੇਰੀ 'ਚ ਨੱਚਣ ਲੱਗ ਜਾਓਗੇ ਉਹ ਮਾਡਰਨ ਹੋਣਾ ਨਹੀਂ ਹੋਊਗਾ, ਤੁਹਾਨੂੰ ਸਾਰੇ ਬੁੱਝੜ ਕਹਿਣਗੇ। ਸਾਡੇ ਕੋਲ ਆਪਦਾ ਇੰਨਾ ਕੁਛ ਹੈਗਾ, ਸਾਨੂੰ ਤਾਂ ਸਪਾਈਡਰਮੈਨ ਸੁਪਰਮੈਨ ਬਣਾਉਣ ਦੀ ਲੋੜ ਨਹੀਂ ਨਾ ਬਾਈ, ਸਾਡੇ ਕੋਲ ਤਾਂ ਆਪਦੇ ਅਸਲੀ ਹੈਗੇ ਆ, ਨਕਲੀ ਉਹਨਾਂ ਨੂੰ ਬਣਾਉਣੇ ਪੈਣ। ਸਾਡੇ ਕੋਲ ਤਾਂ ਇਹੋ ਜਿਹੇ ਹਾਥੂ ਸਿੰਘ ਵਰਗੇ ਸੂਰਮੇ ਆ ਜਿਹੜੇ ਹਾਥੀਆਂ ਨੂੰ ਪੁੱਠਾ ਕਰਕੇ ਸਿੱਟ ਦਿੰਦੇ ਆ। ਹਾਥੂ ਸਿੰਘ ਤਾਂ ਦੂਰ ਆ, ਤੁਸੀਂ ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ਪੜ੍ਹੋ ਮੇਰਾ ਪਿੰਡ, ਉਹ ਕਹਿੰਦਾ ਮੇਰੀ ਭੂਆ ਨੇ ਸਿੰਘਾਂ ਤੋਂ ਫੜ ਕੇ ਬਲਦ ਪੁੱਠਾ ਕਰਕੇ ਮਾਰਿਆ। ਉਹ ਮਾਡਰਨ ਨਹੀਂ ਨਾ ਹੋਣੀ ਫਿਰ, ਬਿਲਕੁਲ ਜਿਹੜੀ ਜਿਹਦੇ 'ਚ ਇੰਨਾ ਜ਼ੋਰ ਸੀ, ਤੇ ਜਿਹੜੀਆਂ ਡਾਈਟਾਂ ਡੂਟਾਂ ਜਾਂ ਦੀਆਂ ਗੱਲਾਂ ਕਰਦੇ ਆ, ਤੇ ਜਿਹੜੇ ਹਨਾ ਕਿਆ ਬਕਵਾਸ ਹੋ ਰਹੀ ਆ ਤੁਸੀਂ ਦੇਖੋ, ਖਾਣ ਪੀਣ ਤੇ ਸਾਰੇ ਕਾਸੇ ਤੇ ਇਹੋ ਜਿਹੀ ਬਕਵਾਸ, ਜ਼ੀਰੋ ਫਿਗਰ। ਮਹਾਰਾਜ ਕਹਿੰਦੇ ਸਾਡੇ ਤ੍ਰੈ ਮਨ ਦੇਹੁਰੀ ਚੱਲੇ ਪਾਣੀ ਅੰਨ, ਸਾਡੇ ਤਿੰਨ ਮਨ ਕਿੰਨਾ ਬਣ ਗਿਆ, ਚਾਰ ਤੀਏ 12, 140 ਕਿਲੋ ਵੇਟ ਬੰਦੇ ਦਾ। ਹੁਣ ਕਹਿੰਦੇ ਆ ਜੀ ਜ਼ੀਰੋ ਫਿਗਰ ਰੱਖੋ, 140, 70 ਤੋਂ ਵੀ ਘੱਟ ਰੱਖੋ, ਵੇ ਕੈਸੀ ਬਕਵਾਸ ਗੱਲ ਹੈ। ਜਦੋਂ ਤੁਸੀਂ ਚੰਡੀ ਦੀ ਵਾਰ ਪੜ੍ਹਦੇ ਹੋ ਜਾਂ ਤੁਸੀਂ ਬਾਬੇ ਦਾ ਵਰਤਾਰਾ ਹੀ ਦੇਖੋ, ਬਾਬੇ ਹਰੀ ਸਿੰਘ ਨਲੂਏ ਦਾ, ਬਾਬੇ ਬਾਘ ਸਿੰਘ ਦਾ, ਵੀ ਹਾਥੀਆਂ ਜਾਂ ਸ਼ੇਰਾਂ ਨੂੰ ਹੱਥਾਂ ਨਾਲ ਪਾੜ ਦੇਣਾ, ਇਹ ਪਾੜ ਦੇਣਗੇ। ਆਹ ਜਿਹੜੇ ਕਹਿੰਦੇ ਆ ਜ਼ੀਰੋ ਫਿਗਰ ਹੋਣੀ ਚਾਹੀਦੀ ਹੈ ਜੀ, ਇਹ ਹਾਥੀਆਂ ਨੂੰ ਪਾੜ ਦੇਣਗੇ।